ਸ਼੍ਰੋਮਣੀ ਅਕਾਲੀ ਦਲ ਐਸਸੀ ਮਹਿਲਾ ਵਿੰਗ ਵੱਲੋਂ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਰਣੀਕੇ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਵਿੰਦਰ ਕੌਰ ਅਤੇ ਵਾਈਸ ਪ੍ਰਧਾਨ ਕੁਲਦੀਪ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਐਸਸੀ ਮਹਿਲਾ ਵਿੰਗ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ। ਇਸ ਮੌਕੇ ਸੰਤੋਸ਼ ਕੁਮਾਰੀ, ਮਮਤਾ ਕਸ਼ਮੀਰ ਕੌਰ, ਮੋਨਿਕਾ ਸਿੰਮੀ ਸਮੇਤ ਕਈ ਵਰਕਰਾਂ ਨੂੰ ਅਹੁਦੇ ਦੇ ਸਰਟੀਫਿਕੇਟ ਦਿੱਤੇ ਗਏ। ਇਹ ਬੀਬੀਆਂ ਬਣਾਈਆਂ ਇਸਤਰੀ ਵਿੰਗ ਦੀਆਂ ਅਕਾਲੀ ਦਲ ਵੱਲੋਂ ਆਪਾਂ ਨੂੰ ਮੰਤਰੀ ਸਾਹਿਬ ਦੇ ਕੋਲ ਆਪਾਂ ਆਏ ਹਾਂ ਅਤੇ ਇਹਨਾਂ ਵੱਲੋਂ ਆਪਾਂ ਵੱਧ ਚੜ੍ਹ ਕੇ ਇਹ ਕੰਮ ਕਰਾਂਗੇ ਜਿੰਨਾ ਵੀ ਆਪਣੇ ਮੰਤਰੀ ਸਾਹਿਬ ਕਹਿਣਗੇ ਅਤੇ ਇਹ ਬੀਬੀਆਂ ਵੀ ਨਾਲ ਕਰਨਗੀਆਂ ਜਿੰਨਾ ਵੀ ਹੋ ਸਕੇ। ਬਸ ਬੀਬੀ ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਦੀ, ਅੱਜ ਮੰਤਰੀ ਸਾਹਿਬ ਕੋਲ ਆਏ ਸੀ ਅਸੀਂ ਅਤੇ ਐਸਸੀ ਵਿੰਗ ਦੀਆਂ ਬੀਬੀਆਂ 11 ਮੈਂਬਰੀ ਕਮੇਟੀ ਬਣਾਈ ਹੈ। ਉਹ ਚੋਣ ਵਿਧਾਨ ਸਭਾ ਚੋਣਾਂ ਆ ਰਹੀਆਂ ਹੈ, ਇਹਨਾਂ ਦੇ ਵਿੱਚ ਵੱਧ ਚੜ੍ਹ ਕੇ ਬੀਬੀਆਂ ਤੋਂ ਕੰਮ ਲਵਾਂਗੇ ਅਸੀਂ, ਕਰਾਂਗੇ ਨਾਲ, ਮੋੜੇ ਨਾਲ ਮੋੜਾ ਜੋੜ ਕੇ ਚੱਲਾਂਗੇ ਅਸੀਂ। ਅੱਜ ਅਸੀਂ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿੱਤਾ ਵਾ ਕਿ ਅਸੀਂ ਬੀਬੀਆਂ ਨੂੰ ਵੀ ਵਿਸ਼ਵਾਸ ਦਿੱਤਾ ਕਿ ਜਿਹੜੇ ਤੁਹਾਡੇ ਕੰਮ ਰੁਕੇ